ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਰਲ ਢੰਗ ਦੇ ਨਾਲ ਘਰ ਬੈਠੇ ਲੋਡ ਕਰਦਾ ਕਿਵੇਂ ਕੈਲਕੂਲੇਟ ਕਰਨਾ ਹੈ ਉਹ ਸਿੱਖਾਂਗੇ ਇਸ ਤੋਂ ਪਹਿਲਾਂ ਅਸੀਂ ਦੋਸਤੋ ਦੋ ਵੀਡੀਓਜ਼ ਇਸ ਉੱਪਰ ਜਿਹੜੀਆਂ ਨੇ ਇਸ ਚੈਨਲ ਤੇ ਪਾਈਆਂ ਨੇ ਜਿੱਥੇ ਕਿ ਤੁਸੀਂ ਇਹ ਕੈਲਕੂਲੇਟ ਕਰ ਸਕਦੇ ਹੋ ਆਪਣੇ ਘਰ ਦਾ ਲੋਡ ਪਰ ਲਗਾਤਾਰ ਸਵਾਲ ਆਉਂਦਾ ਹੈ ਕਿ ਅਸੀਂ ਸਰਲ ਢੰਗ ਦੇ ਨਾਲ ਇਸ ਨੂੰ ਸਿੱਖਣਾ ਚਾਹੁੰਦੇ ਹਾਂ ਸੋ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਦੇਖਾਂਗੇ ਕਿ ਕਿਵੇਂ ਮਿੰਟਾਂ ਦੇ ਵਿੱਚ ਤੁਸੀਂ ਆਪਣੇ ਘਰ ਬੈਠੇ ਘਰ ਦਾ ਲੋਡ ਕੈਲਕੂਲੇਟ ਕਰਨਾ ਸਿੱਖ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਜਦੋਂ ਅਸੀਂ ਆਪਣੇ ਘਰ ਦਾ ਲੋਡ ਕੈਲਕੂਲੇਟ ਕਰਨਾ ਸਿੱਖ ਲਿਆ ਅਗਰ ਅਸੀਂ ਹੁਣ ਲੋਡ ਦੇ ਵਿੱਚ ਵਾਧਾ ਕਰਨਾ ਹੈ ਤਾਂ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਉਸ ਦਾ ਖਰਚਾ ਕਿੰਨਾ ਕੁ ਸਾਨੂੰ ਪਵੇਗਾ ਉਸ ਸਵਾਲ ਦਾ ਜਵਾਬ ਵੀ ਜਿਹੜਾ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਦਵਾਂਗੇ ਸੋ ਦੋਸਤੋ ਹੁਣ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ pspcl.in ਯਾਨੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਜੋ ਸਾਈਟ ਹੈ ਉੱਥੇ ਜਾ ਕੇ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਆਪਣੇ ਘਰ ਦਾ ਲੋਡ ਕੈਲਕੂਲੇਟ ਕਰਨਾ ਸਿੱਖ ਸਕਦੇ ਹੋ ਸੋ ਦੋਸਤੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਪੀਐਸਪੀਸੀਐਲ ਦੀ ਜਿਹੜੀ ਵੈਬਸਾਈਟ ਹੈ ਪਹਿਲਾ ਜੋ ਲਿੰਕ ਹੈ ਜਿੱਥੇ ਲਿਖਿਆ ਇਨਸਟਾ ਬਿੱਲ ਪੇਮੈਂਟ ਇੱਥੇ ਜਾ ਕੇ ਤੁਸੀਂ ਕਲਿੱਕ ਕਰੋ ਇਸ ਨੂੰ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇੱਕ ਸਕਰੀਨ ਆ ਜਾਏਗੀ ਜਿੱਥੇ ਲਿਖਿਆ ਆਲ ਕੰਜ਼ਿਊਮਰਜ਼ ਪੇ ਬਿੱਲ ਪੀਐਸਪੀਸੀਐਲ ਇੱਥੇ ਵੀ ਤੁਸੀਂ ਕਲਿੱਕ ਕਰ ਦਿਓ ਹੁਣ ਇੱਥੇ ਆਉਣ ਤੋਂ ਬਾਅਦ ਦੋਸਤੋ ਮੈਨੂ ਦੇ ਵਿੱਚ ਜਦੋਂ ਤੁਸੀਂ ਜਾਣੇ ਹੋ ਤਾਂ ਥੱਲੇ ਲੌਗਇਨ ਲਿਖਿਆ ਹੋਇਆ ਹੈ ਲੌਗਇਨ ਤੇ ਤੁਸੀਂ ਕਲਿੱਕ ਕਰਨਾ ਇਹ ਤੀਸਰਾ ਸਟੈਪ ਹੈ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਜਿਹੜਾ ਹੈ ਇੱਥੇ ਤੁਹਾਨੂੰ ਪੁੱਛਿਆ ਜਾ ਰਿਹਾ ਤੁਹਾਡਾ ਮੋਬਾਈਲ ਨੰਬਰ ਤੇ ਪਾਸਵਰਡ ਦੋਸਤੋ ਇੱਥੇ ਜੇਕਰ ਤੁਹਾਡਾ ਅਕਾਊਂਟ ਨਹੀਂ ਹੈ ਤਾਂ ਤੁਹਾਨੂੰ ਪਹਿਲਾਂ ਆਪਣਾ ਅਕਾਊਂਟ ਬਣਾਉਣਾ ਪਵੇਗਾ ਉੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਈਮੇਲ ਆਈਡੀ ਤੇ ਇੱਕ ਪਾਸਵਰਡ ਕ੍ਰੀਏਟ ਕਰਕੇ ਜਿਹੜਾ ਹੈ ਆਪਣਾ ਲੌਗਇਨ ਆਈਡੀ ਪਾਸਵਰਡ ਤੁਸੀਂ ਬਣਾ ਸਕਦੇ ਹੋ ਇਸ ਬਾਰੇ ਅਸੀਂ ਇੱਕ ਅਲੱਗ ਵੀਡੀਓ ਜਿਹੜੀ ਅਪਲੋਡ ਕੀਤੀ ਹੋਈ ਹੈ ਜਿਹੜੀ ਹੈ ਉਸ ਵੀਡੀਓ ਤੇ ਜਾ ਕੇ ਤੁਸੀਂ ਸਿੱਖ ਸਕਦੇ ਹੋ ਕਿ ਇੱਥੇ ਆਪਣੀ ਜਿਹੜੀ ਆਈਡੀ ਕਿਵੇਂ ਕ੍ਰੀਏਟ ਕਰਨੀ ਹੈ ਆਈਡੀ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਆਪਣੇ ਜਿਹੜੀ ਹੈ ਬਿੱਲ ਦੇਖ ਸਕਦੇ ਹੋ ਬਿੱਲ ਦੀ ਹਿਸਟਰੀ ਦੇਖ ਸਕਦੇ ਹੋ ਇਸ ਨੂੰ ਦੇਖਣ ਦੇ ਲਈ ਤੁਸੀਂ ਜਿਹੜੀ ਹੈ ਆਈ ਬਟਨ ਤੇ ਜਾ ਕੇ ਜਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹ ਵੀਡੀਓ ਨੂੰ ਦੇਖ ਸਕਦੇ ਹੋ ਹੁਣ ਦੋਸਤੋ ਜਦੋਂ ਤੁਸੀਂ ਆਪਣੀ ਆਈਡੀ ਤੇ ਪਾਸਵਰਡ ਕ੍ਰੀਏਟ ਕਰ ਲਿਆ ਹੈ ਤਾਂ ਤੁਸੀਂ ਇੱਥੇ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਡੈਸ਼ਬੋਰਡ ਤੁਹਾਡੇ ਸਾਹਮਣੇ ਆਵੇਗਾ ਜਿੱਥੇ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈ ਲਿਖੀ ਹੋਈ ਹੈ ਤੁਹਾਡੀ ਬਿੱਲ ਹਿਸਟਰੀ ਲਿਖੀ ਹੋਈ ਹੈ ਪੇ ਡਿਊ ਬਿਲਸ ਲਿਖਿਆ ਹੋਇਆ ਹੈ ਐਡਵਾਂਸ ਪੇਮੈਂਟ ਲਿਖਿਆ ਹੋਇਆ ਹੈ ਥੋੜਾ ਜ੍ਹਾ ਇਸ ਨੂੰ ਥੱਲੇ ਸਕਰੋਲ ਕਰੋਗੇ ਤਾਂ ਤੁਹਾਨੂੰ ਲਿਖਿਆ ਦਿਖੇਗਾ ਲੋਡ ਕੈਲਕੂਲੇਟਰ ਇੱਕ ਚੀਜ਼ ਮੈਂ ਦੋਸਤੋ ਦੱਸਣਾ ਕਿ 23 ਮਈ ਤੋਂ ਪੀਐਸਪੀਸੀਐਲ ਵੱਲੋਂ ਕੁਝ ਨੀਮਾ ਦੇ ਵਿੱਚ ਬਦਲਾਵ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਕੰਜ਼ਿਊਮਰ ਜੇਕਰ ਆਪਣਾ ਬਿੱਲ ਦੇਖਣਾ ਚਾਹੁੰਦਾ ਹੈ ਪੁਰਾਣਾ ਜਾਂ ਕੋਈ ਰਸੀਦ ਦੇਖਣਾ ਚਾਹੁੰਦਾ ਤਾਂ ਉਸ ਨੂੰ ਇਹ ਲੌਗਇਨ ਆਈਡੀ ਤੇ ਪਾਸਵਰਡ ਬਣਾਉਣਾ ਜ਼ਰੂਰੀ ਹੈ ਸੋ ਲੋਡ ਕੈਲਕੂਲੇਟ ਕਰਨ ਦੇ ਲਈ ਆਪਣੇ ਪੈਸੇ ਕੈਲਕੂਲੇਟ ਕਰਨ ਦੇ ਲਈ ਜੇਕਰ ਲੋਡ ਦੇ ਵਿੱਚ ਵਾਧਾ ਕਰਨਾ ਹੈ ਤਾਂ ਤੁਹਾਨੂੰ ਇਹ ਆਈਡੀ ਕ੍ਰੀਏਟ ਕਰਨੀ ਜਿਹੜੀ ਬੜੀ ਜ਼ਰੂਰੀ ਹੋਵੇਗੀ ਇਸ ਲਈ ਜਾ ਕੇ ਤੁਸੀਂ ਇੱਕ ਵਾਰ ਉਹ ਵੀਡੀਓ ਜ਼ਰੂਰ ਦੇਖ ਲਓ ਹੁਣ ਜਦੋਂ ਅਸੀਂ ਲੋਡ ਕੈਲਕੂਲੇਟਰ ਤੇ ਦੋਸਤੋ ਕਲਿੱਕ ਕਰਦੇ ਹਾਂ ਤਾਂ ਤੁਹਾਡੇ ਸਾਹਮਣੇ ਇੱਕ ਸਕਰੀਨ ਆ ਜਾਏਗੀ ਇੱਥੇ ਲਿਖਿਆ ਹੋਇਆ ਲੋਡ ਕੈਲਕੂਲੇਟਰ ਸਭ ਤੋਂ ਪਹਿਲਾਂ ਦੋਸਤੋ ਇੱਥੇ ਤੁਸੀਂ ਜਿਹੜਾ ਹੈ ਐਡ ਕਰਨਾ ਹੈ ਕਿ ਤੁਸੀਂ ਕਿਸ ਕੈਟਾਗਰੀ ਦੇ ਨਾਲ ਸੰਬੰਧਿਤ ਹੋ ਯਾਨੀ ਕਿ ਜੇਕਰ ਦੁਕਾਨ ਦਾ ਤੁਸੀਂ ਲੋਡ ਕੈਲਕੂਲੇਟ ਕਰ ਰਹੇ ਹੋ ਤਾਂ ਤੁਸੀਂ ਇੱਥੇ ਐਨਆਰਐਸ ਤੇ ਕਲਿੱਕ ਕਰੋਗੇ ਜੇਕਰ ਘਰ ਦਾ ਲੋਡ ਕੈਲਕੂਲੇਟ ਕਰ ਰਹੇ ਹੋ ਤਾਂ ਡੀਐਸ ਡੋਮੈਸਟਿਕ ਸਪਲਾਈ ਦੇ ਉੱਪਰ ਕਲਿੱਕ ਕਰੋਗੇ ਇਸ ਤੋਂ ਬਾਅਦ ਤੁਸੀਂ ਦੋਸਤੋ ਇੱਥੇ ਪੁਆਇੰਟਸ ਦੇਖ ਸਕਦੇ ਹੋ ਜਿੱਥੇ ਲਿਖਿਆ ਹੋਇਆ ਹੈ ਲਾਈਟ ਪੁਆਇੰਟ ਫੈਨ ਪੁਆਇੰਟ ਵਾਲ ਸਾਕਟ ਪਾਵਰ ਸਾਕਟ 에ਅਰ ਕੰਡੀਸ਼ਨਰ ਤੇ ਮੋਟਿਵ ਲੋਡ ਯਾਨੀ ਕਿ ਇੱਥੇ ਮੋਟਰ ਦਾ ਲੋਡ ਜਿਹੜਾ ਹੈ ਉਹ ਦੱਸਿਆ ਗਿਆ ਸੋ ਦੋਸਤੋ ਇੱਕ ਇੱਕ ਕਰਕੇ ਹੁਣ ਆਪਾਂ ਦੇਖ ਲੈਣੇ ਆ ਕਿ ਮੈਂ ਇਸ ਐਗਜ਼ਾਮਪਲ ਦੇ ਵਿੱਚ ਕਿਸ ਤਰ੍ਹਾਂ ਲੋਡ ਕੈਲਕੂਲੇਟ ਕੀਤਾ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਦੋਸਤੋ ਲਾਈਟ ਪੁਆਇੰਟ ਮੈਂ ਲਿਖਿਆ ਕਿ ਇੱਕ ਘਰ ਦੇ ਵਿੱਚ 12 ਲਾਈਟ ਪੁਆਇੰਟਸ ਨੇ ਯਾਨੀ ਕਿ ਇਸ ਘਰ ਦੇ ਵਿੱਚ ਜਿਹੜੇ ਨੇ 12 ਲਾਈਟ ਪੁਆਇੰਟਸ ਨੇ ਔਰ 12 ਲਾਈਟ ਪੁਆਇੰਟਸ ਦਾ ਜੋ ਲੋਡ ਹੈ ਉਹ ਕੈਲਕੂਲੇਟ ਕੀਤਾ ਗਿਆ 0.24 ਯਾਨੀ ਕਿ 24 ਵਾਟ ਮੈਂ ਇੱਕ ਚੀਜ਼ ਦੱਸਦਾ ਦੋਸਤੋ ਕਿ ਲਾਈਟ ਪੁਆਇੰਟ ਜਿਹੜੇ ਨੇ ਉਹ ਹਾਫ ਕਾਊਂਟ ਹੁੰਦੇ ਨੇ ਯਾਨੀ ਕਿ ਜੇਕਰ 12 ਮੈਂ ਇੱਥੇ ਲਾਈਟ ਪੁਆਇੰਟ ਪਾਇਆ ਤਾਂ ਇੱਥੇ 6 ਹੀ ਕਾਊਂਟ ਹੋਣਗੇ 4 ਚਿਕਾ 24 ਯਾਨੀ ਕਿ 24 ਵਾਟ ਦਾ ਜਿਹੜਾ ਹੈ ਲੋਡ ਇੱਥੇ ਕੈਲਕੂਲੇਟ ਹੋ ਗਿਆ ਉਸ ਤੋਂ ਬਾਅਦ ਦੋਸਤੋ ਫੈਨ ਪੁਆਇੰਟ ਤੇ ਆ ਜੀਏ ਫੈਨ ਪੁਆਇੰਟ ਜਿਹੜੇ ਨੇ ਉਹ 1/3 ਕਾਊਂਟ ਹੁੰਦੇ ਨੇ ਯਾਨੀ ਕਿ ਜੇਕਰ 6 ਪੱਖੇ ਜਿਹੜੇ ਨੇ ਇਸ ਘਰ ਦੇ ਵਿੱਚ ਲੱਗੇ ਹੋਏ ਨੇ ਤਾਂ 1/3 ਜਿਹੜਾ ਹੈ ਇੱਥੇ ਲੋਡ ਜਿਹੜਾ ਕੈਲਕੂਲੇਟ ਹੋਵੇਗਾ ਯਾਨੀ ਕਿ ਸਿਰਫ ਦੋ ਪੱਖਿਆਂ ਦਾ ਲੋਡ ਹੀ ਕੈਲਕੂਲੇਟ ਹੋਵੇਗਾ 6 2 12 ਯਾਨੀ ਕਿ 12 ਵਾਟ ਜਿਹੜਾ ਲੋਡ ਪੱਖਿਆਂ ਦਾ ਬਣ ਗਿਆ ਉਸੇ ਤਰ੍ਹਾਂ ਹੀ ਦੋਸਤੋ ਵਾਲ ਸਾਕਟ ਯਾਨੀ ਕਿ ਪਲੱਗ ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਆ ਵਾਲ ਸਾਕਟ ਨੇ ਜਿਹੜੇ ਦੋਸਤੋ 1/4 ਕਾਊਂਟ ਹੋਣਗੇ ਯਾਨੀ ਕਿ 12 ਵੋਲਟ ਸਾਕਟ ਜੇਕਰ ਤੁਸੀਂ ਇੱਥੇ ਲਿਖਿਆ ਤਾਂ 3 ਵਾਲ ਸਾਕਟਾਂ ਦਾ ਲੋਡ ਹੀ ਜਿਹੜਾ ਕੈਲਕੂਲੇਟ ਹੋਵੇਗਾ 6 3 18 ਯਾਨੀ ਕਿ 18 ਵਾਟ ਲੋਡ ਜਿਹੜਾ ਹੈ ਵਾਲ ਸਾਕਟਸ ਜਾਂ ਪਲੱਗ ਦਾ ਬਣ ਗਿਆ ਇੱਕ ਗੱਲ ਦੋਸਤੋ ਬਾਰ-ਬਾਰ ਵੀਡੀਓਜ਼ ਦੇ ਵਿੱਚ ਪੁੱਛੀ ਜਾਂਦੀ ਹੈ ਕਿ ਫ੍ਰਿਜ ਦਾ ਲੋਡ ਕਿੰਨਾ ਹੋਵੇਗਾ ਜਿਹੜੀ ਪ੍ਰੈਸ ਅਸੀਂ ਯੂਜ਼ ਕਰ ਰਹੇ ਹਾਂ ਉਹਦਾ ਲੋਡ ਕਿੰਨਾ ਹੋਵੇਗਾ ਵਾਸ਼ਿੰਗ ਮਸ਼ੀਨ ਦਾ ਲੋਡ ਕਿੰਨਾ ਹੋਵੇਗਾ ਸੋ ਦੋਸਤੋ ਇਹਨਾਂ ਦਾ ਲੋਡ ਇਸ ਤਰ੍ਹਾਂ ਕੈਲਕੂਲੇਟ ਨਹੀਂ ਹੁੰਦਾ ਜਿਹੜੇ ਪਲੱਗ ਦੇ ਉੱਪਰ ਤੁਸੀਂ ਵਾਸ਼ਿੰਗ ਮਸ਼ੀਨ ਜਾਂ ਫ੍ਰਿਜ ਯੂਜ਼ ਕਰਦੇ ਹੋ ਉਹਨਾਂ ਨੂੰ ਹੀ ਕਾਊਂਟ ਕੀਤਾ ਜਾਂਦਾ ਹੈ ਤੁਸੀਂ ਉੱਥੇ ਕੋਈ ਵੀ ਅਪਲਾਈਅੰਸ ਜਿਹੜਾ ਹੈ ਯੂਜ਼ ਕਰ ਸਕਦੇ ਹੋ ਸੋ ਵਾਲ ਸਾਕਟ ਹੀ ਜਿਹੜੇ ਨੇ ਇਕੱਲੇ ਕਾਊਂਟ ਹੋਣਗੇ ਹੁਣ ਅਗਲਾ ਜਿਹੜਾ ਪੁਆਇੰਟ ਹੈ ਦੋਸਤੋ ਪਾਵਰ ਸਾਕਟ ਪਾਵਰ ਸਾਕਟ ਯਾਨੀ ਕਿ ਜਿੱਥੇ ਅਸੀਂ ਗੀਜ਼ਰ ਦਾ ਪੁਆਇੰਟ ਰੱਖਿਆ ਹੁੰਦਾ ਹੈ microwaves oven ਦਾ ਪੁਆਇੰਟ ਰੱਖਿਆ ਹੁੰਦਾ ਹੈ ਉਹਨਾਂ ਨੂੰ ਅਸੀਂ ਪਾਵਰ ਸਾਕਟ ਦੇ ਵਿੱਚ ਗਿਣਦੇ ਆਂ ਔਰ ਇਹ ਵੀ ਜਿਹੜੇ ਨੇ 1/4 ਕਿਨੇ ਜਾਂਦੇ ਨੇ ਯਾਨੀ ਕਿ ਇੱਥੇ ਮੈਂ ਤੁਸੀਂ ਧਿਆਨ ਨਾਲ ਦੇਖੋ ਕਿ ਮੈਂ ਦੋ ਪਾਵਰ ਸਾਕਟ ਦਾ ਜਿਹੜਾ ਹੈ ਲੋਡ ਇੱਥੇ ਲਿਖਿਆ ਤਾਂ ਕਾਊਂਟ ਜਿਹੜਾ ਹੈ 1000 ਵਾਟ ਯਾਨੀ ਕਿ 1 ਕਿਲੋਵਾਟ ਹੀ ਹੋ ਰਿਹਾ ਜੇਕਰ ਤੁਸੀਂ ਚਾਰ ਪਾਵਰ ਸਾਕਟ ਵੀ ਲਿਖੋਗੇ ਤਾਂ ਲੋਡ ਜਿਹੜਾ ਹੈ 1000 ਵਾਟ ਹੀ ਜਿਹੜਾ ਹੈ ਕਾਊਂਟ ਹੋਵੇਗਾ ਹੁਣ ਦੋਸਤੋ ਵੱਡੀ ਗੱਲ ਜਿਹੜੀ ਇੱਥੇ ਅਗਲਾ ਪੁਆਇੰਟ ਹੈ ਉਹ 에ਅਰ ਕੰਡੀਸ਼ਨ ਯਾਨੀ ਕਿ ਏਸੀ ਗਰਮੀਆਂ ਦੇ ਵਿੱਚ ਏਸੀ ਜਦੋਂ ਅਸੀਂ ਲਗਾ ਲੈਨੇ ਆਂ ਤਾਂ ਇਸ ਦੇ ਨਾਲ ਘਰ ਦਾ ਲੋਡ ਜਿਹੜਾ ਹੈ ਉਹ ਵੱਧ ਜਾਂਦਾ ਹੈ ਤੇ ਸਾਨੂੰ ਇਹ ਫਿਕਰ ਜਿਹੜੀ ਹੈ ਉਹ ਪੈ ਜਾਂਦੀ ਹੈ ਕਿ ਹੁਣ ਅਸੀਂ ਜਿਹੜਾ ਲੋਡ ਆਪਣੇ ਘਰ ਦਾ ਵਧਾ ਲਈਏ ਨਹੀਂ ਤਾਂ ਫਿਰ ਬਿਜਲੀ ਬੋਰਡ ਵੱਲੋਂ ਜਿਹੜਾ ਜੁਰਮਾਨਾ ਪਾ ਦਿੱਤਾ ਜਾਵੇਗਾ ਹੁਣ ਦੋਸਤੋ ਮੈਂ ਦੱਸਦਾ ਕਿ 에어 ਕੰਡੀਸ਼ਨਰ ਜਿਹੜੇ ਨੇ ਜੇਕਰ ਮੈਂ 1 ਟਨ ਦੇ AC ਦੀ ਗੱਲ ਕਰਾਂ ਤਾਂ ਉਹਦਾ ਜਿਹੜਾ ਲੋਡ ਕੰਜ਼ਮਪਸ਼ਨ ਹੈ ਉਹ 1600 ਵਾਟ ਤੱਕ ਜਿਹੜੀ ਆ ਹੁੰਦੀ ਹੈ ਉਸੇ ਤਰ੍ਹਾਂ ਹੀ ਦੋਸਤੋ ਜੇਕਰ ਮੈਂ 1.5 ਟਨ ਦੇ AC ਦੀ ਗੱਲ ਕਰਾਂ ਤਾਂ ਉਸ ਤੇ ਮੈਕਸਿਮਮ ਲੋਡ ਕੰਜ਼ਮਪਸ਼ਨ ਜਿਹੜੀ ਆ ਵਾਟਸ ਦੇ ਵਿੱਚ ਉਹ 2200-2300 ਵਾਟ ਤੱਕ ਹੁੰਦੀ ਹੈ ਉਸੇ ਤਰ੍ਹਾਂ ਹੀ ਜੇ ਦੋ ਟਨ ਦੇ AC ਦੀ ਗੱਲ ਕਰਾਂ ਤਾਂ ਉੱਥੇ ਜਿਹੜੀ ਹੈ ਲੋਡ ਮੈਕਸਮ ਲੋਡ ਕੰਜ਼ਮਪਸ਼ਨ ਜਿਹੜੀ ਹੈ 3000 ਵਾਟ ਤੱਕ ਹੁੰਦੀ ਹੈ ਪਰ ਬਿਜਲੀ ਬੋਰਡ ਵੱਲੋਂ ਜਿਹੜਾ ਹੈ ਦੋ ACs ਨੂੰ ਇੱਕ ਕਰਕੇ ਮੰਨਿਆ ਜਾਂਦਾ ਹੈ ਔਰ ਮੈਕਸਮਮ ਜਿਹੜਾ ਹੈ ਇੱਥੇ ਲੋਡ ਲਿੱਤਾ ਜਾਂਦਾ ਉਹ ਦਿੱਤਾ ਜਾਂਦਾ 2.5 ਕਿਲੋਵਾਟ ਯਾਨੀ ਕਿ 2500 ਵਾਟ ਪਰ ਇੱਥੇ ਦੋਸਤੋ ਮੈਂ ਦੋ ਏਸੀ ਲੈਨੇ ਡੇ ਡੇ ਟੰਦੇ ਔਰ ਇੱਕ ਗੱਲ ਮੈਂ ਦੋਸਤੋ ਇੱਥੇ ਹੋਰ ਦੱਸਣਾ ਜੇਕਰ ਤੁਹਾਨੂੰ ਇਨ੍ਹਾਂ ਏਸੀਜ਼ ਦੀ ਕੰਜ਼ਮਪਸ਼ਨ ਐਕਚੁਅਲ ਦੇ ਵਿੱਚ ਪਤਾ ਹੈ ਜਾਂ ਫਿਰ ਜਿਹੜਾ ਲੇਬਲ ਏਸੀ ਦੇ ਉੱਪਰ ਲਿਖਿਆ ਹੋਇਆ ਹੈ ਉਸ ਵਿੱਚ ਐਕਚੁਅਲ ਜਿਹੜੀ ਹੈ ਲੋਡ ਕੰਜ਼ਮਪਸ਼ਨ ਲਿਖੀ ਹੋਈ ਹੈ ਤਾਂ ਤੁਸੀਂ 2300 ਦੀ ਥਾਂ ਤੇ ਜਾ ਕੇ ਉਹ ਵੀ ਪਾ ਸਕਦੇ ਹੋ ਚਾਹੀ ਉਹ 1600 ਹੋਵੇ ਚਾਹੀ 1800 ਹੋਵੇ ਇੱਥੇ ਫੋਰ ਐਗਜ਼ਾਮਪਲ ਮੈਂ ਡੇ ਟੰਦਾ ਜੋ ਮੈਕਸਿਮਮ ਲੋਡ ਇੱਥੇ ਲਿਆ ਉਹ ਮੈਂ 2300 ਵਾਟ ਲਿਆ ਉਹ ਦੋ ਏਸੀ ਨੇ ਸੋ ਦੋ ਏਸੀਆਂ ਦਾ ਜਿਹੜਾ ਲੋਡ ਹੈ ਇੱਕੋ ਹੀ ਕਰਕੇ ਮੰਨਿਆ ਜਾਵੇਗਾ ਯਾਨੀ ਕਿ ਦੋ ਏਸੀਆਂ ਦਾ ਲੋਡ ਜਿਹੜਾ ਹੈ ਸਿਰਫ ਇੱਕ ਏਸੀ ਦਾ ਲੋਡ ਮੰਨਿਆ ਗਿਆ ਇੱਥੇ ਉਹ ਹੈ 2.3 ਕਿਲੋਵਾਟ ਨੈਕਸਟ ਤੇ ਲਾਸਟ ਦੋਸਤੋ ਇੱਥੇ ਪੁੱਛਿਆ ਗਿਆ ਮੋਟਰ ਦਾ ਮੋਟਰ ਏਸੀ ਇੱਥੇ ਦੱਸੀ ਹੈ ਕਿ ਸਾਡੇ ਘਰ ਚ ਇੱਕ ਮੋਟਰ ਹੈ ਤੇ ਉਹ ਜਿਹੜੀ ਹੈ 1 BHP ਦੀ ਹੈ ਬੜੀ ਖਾਸ ਗੱਲ ਇਹ ਹੈ ਕਿ ਇੱਥੇ ਤੁਹਾਨੂੰ BHP ਦੇ ਵਿੱਚ ਲੋਡ ਦਿਖਾਣਾ ਹੋਵੇਗਾ ਕਿਉਂਕਿ ਜਿਹੜੇ ਮੋਟਰਸ ਨੇ ਉਹਨਾਂ ਦਾ ਲੋਡ BHP ਦੇ ਵਿੱਚ ਹੁੰਦਾ ਹੈ ਤਾਂ ਤੁਸੀਂ ਇੱਥੇ ਲਿਖੋਗੇ 1 BHP ਇੱਕ ਨੰਬਰ ਮੋਟਰ ਔਰ ਇਸ ਦਾ ਲੋਡ ਹੈ 0.748 ਕਿਲੋਵਾਟ ਹਾਂ ਦੋਸਤੋ ਜੇਕਰ ਤੁਸੀਂ ਐਗਜ਼ਾਮਪਲ ਨੂੰ ਦੇਖਿਆ ਹੋਵੇਗਾ ਤਾਂ ਇਸ ਐਗਜ਼ਾਮਪਲ ਦੇ ਵਿੱਚ ਲੋਡ ਕੈਲਕੂਲੇਟ ਕਰਨ ਦੇ ਲਈ ਨੈਕਸਟ ਸਟੈਪ ਇਹ ਹੋਵੇਗਾ ਕਿ ਥੋੜਾ ਜਿਹਾ نیچے ਇੱਕ ਕੈਲਕੂਲੇਟ ਬਟਨ ਲਿਖਿਆ ਹੋਇਆ ਹੈ ਇਸ ਨੂੰ ਤੁਸੀਂ ਪ੍ਰੈਸ ਕਰੋਗੇ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਦੋਸਤੋ ਇਸ ਘਰ ਦਾ ਲੋਡ ਜਿਹੜਾ ਹੈ ਕੈਲਕੂਲੇਟ ਹੋ ਗਿਆ 4.58 ਕਿਲੋਵਾਟ ਯਾਨੀ ਕਿ ਇਸ ਘਰ ਦਾ ਜਿਹੜਾ ਲੋਡ ਕੈਲਕੂਲੇਟ ਹੋਇਆ ਉਹ ਹੈ 4.58 ਕਿਲੋਵਾਟ ਹੁਣ ਅਗਲਾ ਸਟੈਪ ਦੋਸਤੋ ਇਹ ਹੈ ਕਿ ਅਸੀਂ ਇਹ ਸਮਝ ਲਈਏ ਕਿ ਸਾਡੇ ਘਰ ਦਾ ਜੋ ਐਗਜ਼ਿਸਟਿੰਗ ਲੋਡ ਸੀ ਜੋ ਪਹਿਲਾ ਲੋਡ ਅਸੀਂ ਬਿਜਲੀ ਬੋਰਡ ਨੂੰ ਜਾਂ ਪੀਐਸਪੀਸੀਐਲ ਨੂੰ ਦੱਸਿਆ ਸੀ ਉਹ ਸੀ 2 ਕਿਲੋਵਾਟ ਹੁਣ ਜਦੋਂ ਅਸੀਂ ਇਸ ਐਗਜ਼ਾਮਪਲ ਦੇ ਨਾਲ ਆਪਣੇ ਘਰ ਦਾ ਲੋਡ ਕੈਲਕੂਲੇਟ ਕੀਤਾ ਤਾਂ ਉਹ ਬਣ ਗਿਆ 4.58 ਕਿਲੋਵਾਟ ਯਾਨੀ ਕਿ 2.58 ਕਿਲੋਵਾਟ ਜਿਹੜਾ ਹੈ ਲੋਡ ਵਧ ਸਾਡੇ ਘਰ ਦਾ ਚੱਲ ਰਿਹਾ ਸੋ ਹੁਣ ਇੱਥੇ ਅਸੀਂ ਲੋਡ ਦੇ ਵਿੱਚ ਵਾਧਾ ਕਰਨਾ ਹੈ ਸੋ ਕਿੰਨਾ ਖਰਚਾ ਜਿਹੜਾ ਇਸ ਤੇ ਆਏਗਾ ਉਹ ਆਪਾਂ ਜਿਹੜਾ ਅੱਗੇ ਦੇਖਦੇ ਹਾਂ ਦੋਸਤੋ ਹੁਣ ਤੁਸੀਂ ਦੁਬਾਰਾ ਫੇਰ ਉਸੇ ਸਕਰੀਨ ਤੇ ਆ ਜਾਓ ਡੈਸ਼ਬੋਰਡ ਤੇ ਜਿੱਥੇ ਲੋਡ ਕੈਲਕੂਲੇਟਰ ਤੇ ਜਾ ਕੇ ਅਸੀਂ ਲੋਡ ਕੈਲਕੂਲੇਟ ਕੀਤਾ ਸੀ ਉਸ ਤੇ ਨੀਚੇ ਹੀ ਲਿਖਿਆ ਗਿਆ ਚਾਰजेस ਕੈਲਕੂਲੇਟਰ ਯਾਨੀ ਕਿ ਜੋ ਖਰਚਾ ਲੋਡ ਨੂੰ ਵਿਧਾਨ ਤੇ ਲੱਗੇਗਾ ਉਹ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਕੈਲਕੂਲੇਟ ਕਰਾਂਗੇ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਇੱਕ ਸਕਰੀਨ ਤੁਹਾਡੇ ਸਾਹਮਣੇ ਆ ਜਾਏਗੀ ਸਭ ਤੋਂ ਪਹਿਲਾਂ ਦੋਸਤੋ ਇੱਥੇ ਤੁਸੀਂ ਲਿਖਣਾ ਹੈ ਡੀਐਸ ਅਪ ਟੂ 20 ਕਿਲੋਵਾਟ ਯਾਨੀ ਕਿ ਘਰ ਦਾ ਲੋਡ ਜਿਹੜਾ ਹੈ ਜੀ ਸਾਡਾ 20 ਕਿਲੋਵਾਟ ਤੋਂ ਘੱਟ ਹੈ ਇਸ ਕੈਟਾਗਰੀ ਨੂੰ ਕਲਿੱਕ ਕਰੋਗੇ ਸੈਕੰਡ ਸਟੈਪ ਹੈ ਕਿ ਲੋਡ ਵਾਧਾ ਤੁਸੀਂ ਕਰ ਰਹੇ ਹੋ ਜਾਂ ਨਵਾਂ ਕਨੈਕਸ਼ਨ ਹੈ ਤਾਂ ਅਸੀਂ ਦੇਖ ਰਹੇ ਹਾਂ ਕਿ ਲੋਡ ਦੇ ਵਿੱਚ ਅਸੀਂ ਵਾਧਾ ਕਰ ਰਹੇ ਹਾਂ ਕਿਉਂਕਿ ਸਾਡੇ ਘਰ ਦਾ ਲੋਡ ਜਿਹੜਾ ਅਸੀਂ ਕੈਲਕੂਲੇਟ ਕੀਤਾ ਉਹ ਵੱਧ ਹੈ ਥਰਡ ਸਟੈਪ ਹੈ ਜੀ ਕੈਟਾਗਰੀ ਯਾਨੀ ਕਿ ਡੀਐਸ ਡੀਐਸ ਮਤਲਬ ਕਿ ਕਰੀ ਲੂ ਅਗਰ ਤੁਹਾਡੀ ਦੁਕਾਨ ਹੈ ਤਾਂ ਤੁਸੀਂ ਉੱਥੇ ਐਨਆਰਐਸ ਕਲਿੱਕ ਕਰੋਗੇ ਇਸ ਤੋਂ ਬਾਅਦ ਦੋਸਤੋ ਇੱਥੇ 4 ਨੰਬਰ ਤੇ ਏ ਲਿਖਿਆ ਹੈ ਐਗਜ਼ਿਸਟਿੰਗ ਲੋਡ ਇਫ ਐਨੀ ਕਰਦਾ ਲੋਡ ਫਿਲਹਾਲ ਕਿੰਨਾ ਚੱਲ ਰਿਹਾ ਹੈ ਬਿਜਲੀ ਬੋਰਡ ਨੂੰ ਜੋ ਤੁਸੀਂ ਦੱਸਿਆ ਹੋਇਆ ਉੱਥੇ ਲਿਖੋਗੇ ਤੁਸੀਂ 2 ਕਿਲੋਵਾਟ ਐਡੀਸ਼ਨਲ ਲੋਡ ਕਿੰਨਾ ਲੋਡ ਜਿਹੜਾ ਹੈ ਤੁਸੀਂ ਹੁਣ ਵਧਾਣਾ ਚਾ ਰਹੇ ਹੋ ਤਾਂ ਇੱਥੇ ਅਸੀਂ ਲਿਖਿਆ 2.58 ਕਿਲੋਵਾਟ ਲੋਡ ਜਿਹੜਾ ਅਸੀਂ ਹੋਰ ਵਧਾਣਾ ਚਾ ਰਹੇ ਹਾਂ ਟੋਟਲ ਲੋਡ ਹੁਣ ਘਰ ਦਾ ਹੋ ਜਾਏਗਾ 4.58 ਨੈਕਸਟ ਜੇ ਤੁਸੀਂ ਫੀਲਡ ਦੀ ਗੱਲ ਕਰੋ ਪੰਜ ਨੰਬਰ ਵੀ ਜਿਹੜੀ ਹੈ ਜ਼ੀਰੋ ਆਏਗੀ ਉਸ ਤੋਂ ਬਾਅਦ ਸਾਰੀਆਂ ਜ਼ੀਰੋ ਨੇ 6 ਨੰਬਰ ਤੇ ਤੁਸੀਂ ਪੀਐਸਪੀਸੀਐਲ ਤੇ ਕਲਿੱਕ ਕਰੋਗੇ 7 ਨੰਬਰ ਤੇ ਵੀ ਪੀਐਸਪੀਸੀਐਲ ਤੇ ਕਲਿੱਕ ਕਰੋਗੇ ਔਰ نیچے ਜਾ ਕੇ ਸਬਮਿਟ ਬਟਨ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ 2.58 ਦਾ ਲੋਡ ਜੋ ਤੁਸੀਂ ਵਧਾ ਰਹੇ ਹੋ ਉਸ ਦਾ ਖਰਚਾ ਜਿਹੜਾ ਹੈ ਇੱਥੇ ਆ ਗਿਆ 3714 ਰੁਪਏ 200 ਪ੍ਰੋਸੈਸਿੰਗ ਫੀਸ 20 ਰੁਪਏ ਲਈ ਜਾ ਰਹੀ ਹੈ 2 ਰੁਪਏ ਪਲੱਸ 2 ਰੁਪਏ 4% GST ਲਿਆ ਜਾ ਰਿਹਾ ਹੈ ਸਿਕਿਉਰਿਟੀ ਡਿਪੋਜ਼ਿਟ 370 ਪਰ ਕਿਲੋਵਾਟ ਦਾ ਜਿਹੜਾ ਖਰਚਾ ਇੱਥੇ ਲਿਆ ਜਾਂਦਾ ਹੈ ਸੋ 2.58 ਦਾ ਖਰਚਾ ਆਏਗਾ ਇੱਥੇ 1110 ਸਰਵਿਸ ਕਨੈਕਸ਼ਨ ਚਾਰजेस 2.58 ਲੋਡ ਜੋ ਅਸੀਂ ਵਧਾ ਰਹੇ ਹਾਂ ਉਹਦਾ ਆਏਗਾ 2580 ਰੁਪਏ اور ਟੋਟਲ ਜੋ ਖਰਚਾ ਹੈ ਦੋਸਤੋ ਇਥੇ ਘਰ ਦਾ ਲੋਡ ਕੈਲਕੂਲੇਟ ਜੋ ਅਸੀਂ ਕੀਤਾ ਉਸ ਦੇ ਵਿੱਚ ਜੋ ਵਾਧਾ ਅਸੀਂ ਕਰਨ ਜਾ ਰਹੇ ਹਾਂ ਉਹ 3714 ਰੁਪਏ ਜਿਹੜਾ ਹੈ 2.58 ਦਾ ਵਾਧਾ ਹੈ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਦੋ ਮੁੱਖ ਸਵਾਲਾਂ ਦਾ ਜਵਾਬ ਅਸੀਂ ਦਿੱਤਾ ਹੈ ਪਹਿਲਾ ਕਿ ਅਸੀਂ ਆਪਣੇ ਘਰ ਦਾ ਲੋਡ ਕਿਵੇਂ ਕੈਲਕੂਲੇਟ ਕਰਨਾ ਹੈ ਤੇ ਜੇਕਰ ਲੋਡ ਵੱਧ ਨਿਕਲਦਾ ਹੈ ਤਾਂ ਅਸੀਂ ਉਹ ਖਰਚਾ ਕਿਵੇਂ ਕੈਲਕੂਲੇਟ ਕਰਨਾ ਹੈ ਕਿ ਕਿੰਨਾ ਕੁ ਖਰਚਾ ਸਾਨੂੰ ਇਸ ਨੂੰ ਲੋਡ ਨੂੰ ਵਿਧਾਨ ਤੇ ਆਏਗਾ ਇਸ ਨੂੰ ਜਾ ਕੇ ਤੁਸੀਂ ਦੋਸਤੋ ਸਬੰਧਤ ਪੀਐਸਪੀਸੀਐਲ ਦਫ਼ਤਰ ਜਾ ਕੇ ਵਧਾ ਸਕਦੇ ਹੋ ਫੀਸ ਜਿਹੜੀ ਹੈ ਉੱਥੇ ਹੀ ਭਰੀ ਜਾਵੇਗੀ। ਔਰ ਮੈਂ ਇੱਕ ਗੱਲ ਦੋਸਤੋ ਹੋਰ ਦੱਸਦਾ ਕਿ ਇੱਕ ਸਵਾਲ ਹੋਰ ਵੀ ਜਿਹੜਾ ਲਗਾਤਾਰ ਪੁੱਛਿਆ ਜਾਂਦਾ ਹੈ ਕਿ ਲੋਡ ਵਧਾਣ ਤੇ ਜਿਹੜਾ ਹੈ ਬਿੱਲ ਦੇ ਵਿੱਚ ਕਿੰਨਾ ਖਰਚਾ ਆਵੇਗਾ। ਦੋਸਤੋ ਫਿਕਸ ਚਾਰਜੀ ਜਿਹੜੇ ਨੇ ਉਹ ਮੰਥਲੀ ਕੈਲਕੂਲੇਟ ਹੁੰਦੇ ਨੇ ਬਿੱਲ ਦੇ ਵਿੱਚ 35 ਰੁਪਏ 65 ਰੁਪਏ 70 ਰੁਪਏ ਸੋ ਲੋਡ ਵਧਾਣ ਦੇ ਨਾਲ ਫਿਕਸ ਚਾਰਜਸ ਦਾ ਜੋ ਖਰਚਾ ਹੈ ਦੋਸਤੋ ਉਹ ਜ਼ਰੂਰ ਵਧੇਗਾ ਜੋ ਕਿ ਤੁਸੀਂ ਕਹਿ ਸਕਦੇ ਹੋ ਕਿ ਇਸ ਥਾਂ ਤੇ 2250 ਰੁਪਏ ਜਿਹੜਾ ਹੈ ਘਰ ਦਾ ਮੰਥਲੀ ਬਿੱਲ ਐਕਸਟੈਂਡ ਹੋ ਜਾਵੇਗਾ ਵਾਧਾ ਹੋ ਜਾਵੇਗਾ ਸੋ ਦੋਸਤੋ ਇਹ ਵੀ ਜ਼ਰੂਰੀ ਹੈ ਕਿ ਜੋ ਘਰ ਦਾ ਐਕਚੁਅਲ ਲੋਡ ਹੈ ਉਹ ਪੀਐਸਪੀਸੀਐਲ ਨੂੰ ਦੱਸਣਾ ਜ਼ਰੂਰੀ ਹੈ ਸੋ ਇਸ ਤੇ ਲਈ ਜਿਹੜਾ ਹੈ ਇਹ ਵੀਡੀਓ ਬਣਾਈ ਗਈ ਹੈ ਪੀਐਸਪੀਸੀਐਲ ਦੀ ਵੈਬਸਾਈਟ ਤੇ ਜਾ ਕੇ ਕਿਵੇਂ ਤੁਸੀਂ ਆਪਣੇ ਘਰ ਦਾ ਲੋਡ ਕੈਲਕੂਲੇਟ ਕਰ ਸਕਦੇ ਹੋ ਤੇ ਕਿਵੇਂ ਖਰਚਾ ਜਿਹੜਾ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਇਸ ਲੋਡ ਨੂੰ ਵਿਧਾਨ ਦਾ ਆਸ ਕਰਦੇ ਹਾਂ ਦੋਸਤੋ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਘਰ ਦਾ ਲੋਡ ਕੈਲਕੂਲੇਟ ਕਰਨਾ ਸਿੱਖ ਲਿਆ ਹੋਵੇਗਾ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਉਦੇ ਹੋ ਬਸ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ